ਸੋਹਣੇ ਹੋ ਰੱਜ ਕੇ ਸਰ ਰੱਜ ਕੇ ਸੋਹਣੇ ਉਹ ਮੰਨਣਾ ਸੋਹਣੇ ਦੇ ਆ ਆਏ ਇਹ ਬੇਲੋਸ ਬਾਬੇ ਯਹਾਂ ਪਰ ਆ ਕੇ ਬੈਠਦੇ ਹਨ ਦੋਨੋਂ ਮੈਨੇ ਅਕਸਰ ਇਨਕੋ ਦੇਖਾ ਕਭੀ ਦੋ ਨੰਬਰੀ ਕਰਤੇ ਹੋਏ ਨਹੀਂ ਦੇਖਾ ਇੱਕ ਦਰਵੇਸ਼ੀ ਲਾਈਨ ਸੇ ਤਾਲੁਕ ਰੱਖਤੇ ਹੈ ਸੂਫੀਜ਼ਮ ਕੇ ਉੱਪਰ ਸਪੈਸ਼ਲਿਜ਼ਮ ਕੇ ਉੱਪਰ ਇਨਕਾ ਬਲੀਵ ਹੈ ਜੰਗਲ ਵੇਰਾਨੇ ਦਾ ਸਵਾਲ ਜਵਾਬ ਦੇਣ ਗਏ ਆ ਕੀ ਚੀਜ਼ਾਂ ਜੋ ਤਨ ਲਗੇ ਸੋ ਤਨ ਜਾਣੇ ਸੋ ਤਨ ਜਾਣੇ ਉੱਥੇ ਕੀ ਖੜਾ ਕਦਰ ਪਛਾਣੇ ਚਿੱਲੇ ਕਿੰਨੇ ਕੱਟੇ ਜੇ ਸੀ ਪਤਾ ਹੀ ਨਹੀਂ ਸਾਨੂੰ ਚਿੱਲਿਆਂ ਰੋੜੇ ਨਾ ਪੰਜਵੇਂ ਲੋਕ ਆਏ ਆਏ ਵੱਡੀ ਗੱਲ ਮੈਂ ਅੱਗੇ ਨੂੰ ਸੱਚ ਬੋਲਦੇ ਨੇ ਗਲਤ ਗੱਲ ਨਹੀਂ ਕਰਦੇ ਬਾਬਾ ਜੀ ਕਹਿੰਦੇ ਨੇ ਕਿ ਤੁਹਾਡੀ ਜ਼ੁਬਾਨ ਚੋਂ ਨਿਕਲੇ ਜਿਹੜੀ ਗੱਲ ਉਹ ਪੂਰੀ ਹੋ ਜਾਂਦੀ ਹੈ ਅਰੇ ਅੱਲਾ ਹੀ ਕਰਦਾ ਪਤਾ ਕੀ ਹੈ ਕਿਵੇਂ ਰਹਦਾ ਜੀ ਆ ਉਸੇ ਕਬਰਸਤਾਨ ਦੇ ਜੰਗਲ ਦੇ ਵਿੱਚ ਉੱਤੇ ਬੁੱਢੀ ਪਾਈ ਜੰਗਲ ਦੇ ਵਿੱਚ ਕੱਲੋ ਇਕੱਲੇ ਹੀ ਅੱਲਾ ਅੱਲਾ ਏ ਬਾਜੀ ਵਾਹ ਅੱਲਾ ਨਾਲ ਓ ਹਾਂ ਜਾ ਗਿੱਦੜ ਬਗਿਆੜ ਹਾਂ ਗਿੱਦੜ ਬਗਿਆੜ ਵੀ ਉੱਤੇ ਏ ਬਾ ਕੋਈ ਕੁਝ ਨਹੀਂ ਕਹਿੰਦਾ ਅੱਲਾ ਸਭ ਤੋਂ ਬੜਾ ਹੈ ਮਿਲ ਗਈ ਤੇ ਰੋਜ਼ ਹੀ ਨਹੀਂ ਤੇ ਰੋਜ਼ਾ ਮਿਲ ਗਈ ਤੇ ਰੋਜ਼ ਹੀ ਨਹੀਂ ਤੇ ਰੋਜ਼ਾ ਦੁਆ ਕਰ ਦੋ ਅੱਲਾ ਹੀ ਅੱਲਾ ਕਰ ਦੋ ਦੁਆ ਅੱਲਾ ਸ਼ਿਫਾ ਦਿੰਦਾ ਦੁਆ ਵੀ ਦੁਆ ਡਾਕਟਰਾਂ ਦੇ ਮੈਂ ਉਹ ਜਾਣਦੇ ਬਾਤ ਇਨਸਾਨ ਨਹੀਂ ਜਾਣਦੇ ਵੱਡੇ ਭਰਾ ਨੇ ਵੱਡੇ ਭਰਾ ਨੇ ਬਾਬਾ ਜੀ ਦੁਆ ਹੀ ਕਰ ਚੜੋ ਬੇਟਾ ਦੁਆ ਉਹ ਕਰੇਗਾ ਉਹ ਬੈਠਾ ਹਮ ਤੋ ਐਸੇ ਆਏ ਘਰ ਦੇ ਪੱਕੇ ਲੈਣੇ ਚਾਹੀਏ ਇਧਰ ਆ ਕੇ ਬੈਠ ਗਏ ਜਿਵੇਂ ਰਾਤ ਹੈ ਕੀ ਹੋਈ ਗੁੱਸਾ ਕਰ ਗਏ ਹੈ ਗੱਲਬਾਤ ਚੱਲ ਰਹੀ ਸੀ ਸਾਡੀ ਆਈ ਲਵ ਯੂ ਪੱਕਾ ਸਾਈ ਹੈ ਕੁੱਲੂ ਕੁੱਲੂ ਸੇਮ ਟੂ ਯੂ ਤੂੰ ਕਿਵੇਂ ਮੱਸੇ ਤੇ ਅੱਲਾ ਤੱਕ ਬਾਗਲਾ ਬਈ ਦਰਵੇਸ਼ ਦੀ ਲੈਣ ਇਤਨੀ ਬਾਤ ਕਰ ਲਈ ਜਿਤਨੀ ਕਰਨੀ ਸੀ ਮਾਰਕ ਬੋਲਾ ਹਮ ਘਰ ਦੇ ਪੱਖਾ ਲੈਣੇ ਆਇਆ ਜਿਵੇਂ ਰਾਤ ਦੇ ਕੋਈ ਬੈਠ ਗਿਆ ਕੋਈ ਕਰਮ ਦੀ ਗੱਲ ਕਰਵਾ ਦਿਓ ਆਈ ਸਾਡਾ ਇਧਰ ਆਓ ਬੁੱਲਾ ਇਧਰ ਆਓ ਕੋਈ ਕਰਮ ਦੀ ਗੱਲ ਕਰਾ ਦਿਓ ਸਾਡੇ ਸਾਡੇ ਵਾਸਤੇ ਕਰਮ ਦੀ ਗੱਲ ਕਰਾ ਦਿਓ ਕੋਈ ਕਰਮ ਦੀ ਗੱਲ ਕਰਾ ਦਿਓ ਅੱਜ ਕੋਈ ਕਰਮ ਦੀ ਇੱਥੇ ਕੰਡ ਨਾ ਕਰ ਉਧਰ ਕਰਮ ਹੁੰਦਾ ਜੇ ਮਸ਼ਕਲ ਲੈ ਜੇ ਕਰਮ ਦੀ ਗੱਲ ਜੇ ਹਾਂਜੀ ਕਰਮ ਤੇ ਉਹਦੇ ਲੇਕਿਨ ਮਾਸ਼ਾਅੱਲਾ ਦਾੜੀ ਮੁਬਾਰਕ ਬਾਬਾ ਗੰਜ ਕੋਈ ਸਿਕਾ ਤੂੰ ਮੂੰਹ ਕਰੋ ਤੇ ਮੰਗੋ ਇਨਸ਼ਾ ਸੋਹਣੇ ਹੋ ਰੱਜ ਕੇ ਹੈ ਸਰ ਰੱਜ ਕੇ ਸੋਹਣੇ ਉਹ ਮੰਨਣਾ ਹੈ ਸੋਹਣੇ ਦੇ ਆ ਆਏ ਦਾਦਾ ਦਰਬਾਰ ਕੇ ਇਰਦ ਗਿਰਦ ਆਪਕੋ ਕਈ ਬੜੇ ਐਸੇ ਬਜ਼ੁਰਗ ਲੋਕ ਵੀ ਮਿਲੇਂਗੇ ਯੇ ਬੇਲੋਸ ਬਾਬੇ ਯਹਾਂ ਪਰ ਆ ਕੇ ਬੈਠਤੇ ਹਨ ਦੋਨੋਂ ਮੈਨੇ ਅਕਸਰ ਇਨਕੋ ਦੇਖਾ ਏਕ ਰੁਪਏ ਕੀ ਲਾਲਚ ਨਹੀਂ ਹੋਤੀ ਮੈਨੇ ਕਭੀ ਇਨਕੋ ਨੌਸਰਬਾਜ਼ੀ ਕਰਤੇ ਨਹੀਂ ਦੇਖਾ ਕਭੀ ਦੋ ਨੰਬਰੀ ਕਰਤੇ ਹੋਏ ਨਹੀਂ ਦੇਖਾ ਹਮ ਵੋ ਦਿਖਾਏਂਗੇ ਜੋ ਆਪਣੀ ਆਂਖੋਂ ਸੇ ਦੇਖਾ ਹੈ ਯੇ ਬਿਲਕੁਲ ਭਲਾ ਮਾਨਸ ਔਰ ਸਾਦੇ ਸੇ ਲੋਗ ਹੈ ਏਕ ਦਰਵੇਸ਼ੀ ਲਾਈਨ ਸੇ ਤਾਲੁਕ ਰੱਖਤੇ ਹੈ ਸੂਫੀਜ਼ਮ ਕੇ ਉੱਪਰ ਸਪੈਸ਼ਲਿਜ਼ਮ ਕੇ ਉੱਪਰ ਇਨਕਾ ਬਲੀਵ ਹੈ ਲੇਕਿਨ ਬਾਬਾ ਜੀ ਬੜੇ ਸਵਾਲ ਉੱਠਦੇ ਨੇ ਇਹਨਾਂ ਸਵਾਲਾਂ ਦੇ ਜਵਾਬ ਕੌਣ ਦੇਗਾ ਕਿ ਸਾਡੇ ਮਜ਼ਹਬ ਵਿੱਚ ਇਸ ਤਰ੍ਹਾਂ ਦਾੜੀ ਦਾ ਕੋਈ ਵਜੂਦ ਨਹੀਂ ਵੇਰਾਨੇ ਜੰਗਲ ਦੇਣ ਗਿਆ ਦਾ ਸਵਾਲ ਜਵਾਬ ਕੌਣ ਜੰਗਲ ਵੇਰਾਨੇ ਦਾ ਸਵਾਲ ਜਵਾਬ ਦੇਣ ਗਏ ਆ ਕੀ ਚੀਜ਼ਾਂ ਨੇ ਜੰਗਲ ਦੇ ਵੇਰਾਨੇ ਚਿੱਲੇ ਨੇ ਕੋਈ ਮੈਂ ਪੁਜਾਨਣਾ ਚਾਹਨਾ ਤੁਸੀਂ ਸਾਡੇ ਪਿਓਵਾਂ ਦੀ ਜਗ੍ਹਾ ਤੇ ਪਿਓਵਾਂ ਦੀ ਜਗ੍ਹਾ ਤੇ ਤੁਸੀਂ ਰੱਖੋ ਜੀ ਜੀ ਬਹਿ ਗਏ ਇਹ ਹੈਲੋ ਜੋ ਤਨ ਲਗੇ ਸੋ ਤਨ ਜਾਣੇ ਜੋ ਤਨ ਲਗੇ ਸੋ ਤਨ ਜਾਣੇ ਸੋ ਤਨ ਜਾਣੇ ਉੱਥੇ ਕੀ ਖੜਾ ਕਦਰ ਪਛਾਣੇ ਅਲੀ ਦਰ ਬੋਲੋ ਬੋਲੋ ਸਗੀ ਲਾਲ ਕਲੰਦਰ ਬਾਬੀ ਚਿੱਲੇ ਕਿੰਨੇ ਕੱਟੇ ਜੇ ਸੀ ਪਤਾ ਹੀ ਨਹੀਂ ਸਾਨੂੰ ਚਿੱਲਿਆਂ ਰੋੜੇ ਨਾ ਪੰਜਵੇਂ ਲੋਕ ਆਏ ਆਏ ਵੱਡੀ ਗੱਲ ਮੈਂ ਅੱਗੇ ਨੂੰ ਸੱਚ ਬੋਲਦੇ ਨੇ ਗਲਤ ਗੱਲ ਨਹੀਂ ਕਰਦੇ ਬੜੀ ਗੱਲ ਏ ਬਾਬਾ ਜੀ ਕਹਿੰਦੇ ਨੇ ਕਿ ਤੁਹਾਡੀ ਜ਼ੁਬਾਨ ਚੋਂ ਨਿਕਲੇ ਜਿਹੜੀ ਗੱਲ ਉਹ ਪੂਰੀ ਹੋ ਜਾਂਦੀ ਹੈ ਅੱਲਾ ਹੀ ਕਰਦਾ ਪਤਾ ਕੀ ਹੈ ਕਿੱਥੋਂ ਕਦੀ ਕਦੀ ਆਉਂਦੇ ਹੋ ਮੇਰੀ ਕਿਵੇਂ ਰਾਤ ਆਈ ਦਾ ਫੈਸਲਾ ਪਾਤੋ ਜੀ ਕਿਵੇਂ ਰਾਤ ਆਈ ਉਸੇ ਕਬਰਸਤਾਨ ਦੇ ਜੰਗਲ ਦੇ ਵਿੱਚ ਉੱਤੇ ਬੁੱਢੀ ਪਾਈ ਜੰਗਲ ਦੇ ਵਿੱਚ ਕੱਲੋ ਇਕੱਲੇ ਹੀ ਅੱਲਾ ਅੱਲਾ ਏ ਬਾਜੀ ਵਾਹ ਅੱਲਾ ਨਾਲ ਓ ਹਾਂ ਜਾ ਗਿੱਦੜ ਬਗਿਆੜ ਹਾਂ ਗਿੱਦੜ ਬਗਿਆੜ ਵੀ ਉੱਤੇ ਏ ਬਾ ਕੋਈ ਕੁਝ ਨਹੀਂ ਕਹਿੰਦਾ ਅੱਲਾ ਸਭ ਤੋਂ ਬੜਾ ਹੈ ਅੱਲਾ ਸੇ ਡਰ ਖਾਂਦੇ ਪਕਾਂਦੇ ਕੀ ਹੋਏ ਮਿਲ ਗਈ ਤੇ ਰੋਜ਼ ਹੀ ਨਹੀਂ ਤੇ ਰੋਜ਼ਾ ਮਿਲ ਗਈ ਤੇ ਰੋਜ਼ ਹੀ ਨਹੀਂ ਤੇ ਰੋਜ਼ਾ ਵੱਡੀਆਂ ਗੱਲਾਂ ਹੀ ਨੇ ਅੱਜ ਇੱਥੇ ਆ ਵੱਡੀ ਗੱਲ ਹੈ ਅੱਲਾ ਹੋ
کہہ دیو دعا کر دو میرے میرے دعا کر دو کر دے دعا سونی اکھا والے دعا کر دے سونی اکھا والے میں رہ گئی تیرے تے آئے تیرے نینے نے کیتا ایسا جادو میرے تے دعا کر دو کر دو دعا اللہ شفا دیندا دعا بھی دعا ڈاکٹر دے آئے وڈی گل وڈی گل بابا جی کو دعا لینی ہے ہر بندے کے اوپر شک نہیں ہر بندے کے اوپر تومت نہیں ہر بندے کے اوپر الزام نہیں ہر بندے کو برا نہیں کہنا جو سچ ہے اس کو سچ دکھا دیں گے جو حق ہے اس کو حق دکھا دیں گے اور جو برا ہے اس کو برا کہہ دیں گے دکھا دیں گے اور ثابت کر دیں گے لیکن یہ بالکل سیدھے سادے درویش لوگ ہیں بابا جی کو غلطی ہو گئی بڑے آدمی نے بڑے لوگوں کا شرف حاصل ہونا چاہیے اپنا خیال رکھیے گا اللہ